بسم الله الرحمن الرحيم اللهم كل وليك کیا ہے بابا خضر شاہ صاحب رو دے کیوں دے رہے ہیں
कर कतल सुख कर बन ਕਟਵਾਏ
ਬੜੀ ਰੂਹਾਨੀਅਤ ਮਜਲਿਸ ਵਿੱਚ ਖਲੂਸ ਨਾਲ ਬੁੜੀ ਵਿੱਚ ਹੀ ਹੋਈ ਹੈ। ਹਮੇਸ਼ਾ ਜ਼ਿਕਰ ਨਸਲਾਂ 'ਚ ਕਾਇਮ ਅਹਿਮ ਰਾਵੇ ਬਾਬਾ। ਅੱਛਾ ਬਾਬਾ ਮੈਂ ਨੌਕਰ ਮੈਂ ਹਜ਼ਾਰ ਦਫ਼ਾ ਖਾਂ ਇੱਕ ਉਮਲ ਬਨੀਨ ਦੇ ਬਚਨ ਕੀਤਾ ਅੱਲਾ ਜਾਣੇ ਦੁਸ਼ਮਣੀ ਕਈ ਆਈ ਸਈ ਅੱਲਾ ਦਾ ਇੱਕ ਉਮਲ ਬਨੀਨ ਦੇ ਬਚਨ ਕੀਤਾ ਨੌ ਲੱਖ ਬਦਮਾਸ਼ ਮੰਗਾਏ ਗਏ ਉਹਦੇ ਲਾਲਚ ਸਰ ਜਾਗੀਰਾਂ ਦੇ ਖਤ ਲਿਖ ਕੇ ਹਨ ਕਰ ਕਤਲ ਅਬਾਸ ਕੋ ਕਰ ਬਲ ਵਿੱਚ ਵਧੇ ਦੁੱਧ ਜਸ਼ਨ ਮਨਾਏ ਗਏ ਤੇ ਹੁਸੈਨ ਦੇ ਗਲਤੀ ਪਹੁੰਚਣ ਕੀਤੇ ਹੱਥ ਗਾਲੀ ਦੇ ਕਟਵਾਏ ਹੁਸੈਨ ਦੇ ਗਲਤੀ ਪਹੁੰਚਣ ਕੀਤੇ ਹੱਥ ਗਾਲੀ ਦੇ ਬਹੁਤ ਸੋਹਣੀ ਮੁਖੰਡ ਬੈਠੇ ਮਜਲਿਸ ਤਾਂ ਮੇਰੀ ਮੁਕੰਮਲ ਹੋ ਗਈ ਹੈ। ਬਹੁਤ ਸੋਹਣੇ ਆਸੂ ਆ ਗਏ ਸਈਆ ਦਾਦਾ ਕਿਉਂਕਿ ਪਿੰਨੀ ਹੋਈ ਖੈਰਾਤ ਹੈ ਸਾਦਾ ਜਦੋਂ ਹੀ ਨਾਲ ਹਨ ਲੇਕਿਨ ਹੁਕਮ ਦੀ ਤਾਮੀਲ 'ਚ ਇਹ ਕੋਈ ਆਮ ਸ਼ਹਾਦਤ ਨਹੀਂ ਆਲੀਆ ਦਾ ਬੁਰਕ ਹੈ। ਕਰਬਲਾ ਦੀ ਜੰਗ ਬਾਬਾ ਜੀ ਗਾਜ਼ੀ ਦੇ ਬਾਅਦ ਮੁੱਕ ਗਈ ਕਿਉਂਕਿ ਆਲੀਆ ਦਾ ਬੁਰਕਾ ਤੋ ਮੈਂ ਮੁਹਰਮ ਤੋਂ ਬਾਅਦ ਤਕਰੀਬਨ ਪਹਿਲੀ ਮਜਲਿਸ 'ਤੇ ਜਿਹੜੀ ਮੈਂ ਹਾਜ਼ਰ ਹੋਇਆ। ਮੇਰੀ ਤਬੀਅਤ ਵੀ ਠੀਕ ਹੋ ਨਹੀਂ ਲੇਕਿਨ ਮੈਂ ਸਾਦਾਤ ਦੇ ਹੁਕਮ ਦੀ ਤਾਵੀਲ 'ਚ ਹਾਜ਼ਰ ਹੋਇਆ ਔਰ ਇਨਸ਼ਾਅੱਲਾ ਬਸ਼ਰਤ ਜ਼ਿੰਦਗੀ ਬਾਬੇ ਖਿਜ਼ਰ ਸ਼ਾਹ ਸਾਹਿਬ ਦੀ ਮਜਲਿਸ 'ਤੇ ਵੀ ਮੈਂ ਹਾਜ਼ਰੀ ਦੇਸਾਂ। 29 ਮੁਹਰਮ ਜਾਂ 30 ਮੁਹਰਮ ਵੀ ਹਾਜ਼ਰੀ ਦੇਸਾਂ, 23 ਸਫ਼ਰ ਵੀ ਇਨਸ਼ਾਅੱਲਾ ਹਾਜ਼ਰੀ ਦੇਸਾਂ। ਜਿਹੜੀਆਂ ਇੱਥੋਂ ਦੀਆਂ ਹਨ ਮੇਰੇ ਜ਼ਿੰਮੇ 12ਵੇਂ ਬਾਦਸ਼ਾਹ ਦੇ ਹੁਕਮ ਦੇ ਮੁਤਾਬਿਕ ਇਨਸ਼ਾਅੱਲਾ ਮੈਂ ਸਾਰੀਆਂ ਹਾਜ਼ਰੀਆਂ ਦੇਸਾਂ। ਕਿਉਂਕਿ ਮੈਂ ਜਿਤਨਾ ਜ਼ਦਾਰ ਬੈਠੇ ਮੈਂ ਕੋਈ ਜ਼ਾਕਿਰ ਬਣ ਕੇ ਨਹੀਂ, ਫਕਤ ਤੁਸਾਂ ਜ਼ਦਾਰਾਂ ਦਾ ਖਾਦਮ ਬਣ ਕੇ ਬਿਸਮਿਲ੍ਲਾ ਮੈਂ ਨਾ ਚਲੋ ਬਾਬਾ ਮੈਂ ਥੱਕਦਾ ਤਨਾ ਪਿਆ ਮੈਂ ਦੁਬਾਰਾ ਪੜਨਾ ਹੈ ਕੋਮਲ ਬਨੀਨ ਦੇ ਬਚਣੇ ਕੀਤੇ ਨੌ ਲੱਖ ਬਦਮਾਸ਼ ਮੰਗਾਏ ਗਏ ਉਹਦੇ ਲਾਲਚ ਜ਼ਰ ਜਾਗੀਰਾਂ ਦੀ ਖਤ ਲਿਖ ਕੇ ਹਨ ਕਰ ਕਤਲ ਅਬਾਸ ਕੋ ਕਰ ਬਲ ਵਿੱਚ ਵਧੇ ਦੁੱਧ ਜਸ਼ਨ ਮਨਾਏ ਗਏ ਤੇ ਹੁਸੈਨ ਦੇ ਗਲਤੀ ਪਹੁੰਚਣ ਕੀਤੇ ਹੱਥ ਗਾਜ਼ੀ ਦੇ ਬੀਬੀ ਪੁਰਸਾ ਕਬੂਲ ਫਰਮਾਵੇ। ਸੈਯਦਾਦਾ ਢਲ ਗੇਡਾ ਮੁਹਰਮ ਦੇ ਦੁਪਹਰ ਮੁੱਕ ਗਈ ਮੁਸਾਫਿਰ ਦੀ ਥੋੜ੍ਹੀ ਜਿਹੀ ਫੌਜ, ਕੁੱਠੀ ਹੋਈ ਫੌਜ ਦਾ ਪਾਬੰਦ ਜਰਨੈਲ ਬਾਬਾ ਖਿਜ਼ਰ ਸ਼ਾਹ ਲੜਾ ਕੇ ਕੁੱਠੀ ਹੋਈ ਫੌਜ ਦਾ ਪਾਬੰਦ ਜਰਨੈਲ ਸ਼ਗੀਰਦਾਂ ਦੇ ਬੇਰਾਵਾਂ ਦੀਆਂ ਲਾਸ਼ਾਂ ਚ ਖੜ ਕੇ ਆਦਾ ਖੜੇ ਮੌਸਮ ਮੈਰੀ ਹਈ ਤੁਰ ਦੁਸਕਾਏ ਜਿਹੜਾ ਹੱਥ ਬਣਾ ਮਾਤਮਾ ਸੇ ਥੋੜ੍ਹਾ ਹੱਥ ਯਾਰ ਕਰਦੇ ਆ ਨਾ ਸਾਰੇ ਮੌਸਮ ਮੈਰੀ ਹਈ ਤੁਰ ਦੁਸਕਾਏ ਬਾਬਾ ਖਿਜ਼ਰ ਸ਼ਾਹ ਕਿਆਮਤ ਲਫ਼ਜ਼ ਵੱਧ ਕਈ ਵੇਲੇ ਹੱਥ ਅਫਸੋਸ ਦੇ ਮੱਲੇ ਹਾਂ
ਤੇ ਮੁਹੰਮਦ ਦੀ ਧੀ ਦੀ ਕਬਰ ਦਾ ਮੂੰਹ ਕਰਕੇ ਆਖਿਆ, ਮੁਹੰਮਦ ਦੀ ਧੀ ਕਿਉਂ ਮੰਗਿਆ ਹਾਨੀ ਮੇਰੇ ਇਸ ਦੁਨੀਆ ਤੇ ਆਵਣ ਦੇ ਦਵਾਈ, ਨਾ ਤੂੰ ਦੁਆ ਮੰਗਿਆ ਨਾ ਮੈਂ ਇਸ ਦੁਨੀਆ ਤੋਂ ਤਿਆਂ ਹਾਂ, ਨਾ ਤੇਰੇ ਹੁਸੈਨ ਦਾ ਵਸਦਾ ਬਾਗ ਕਟੀਂਦਾ ਰੇਖਾ। ਮੇਰੇ ਸਾਹਮਣੇ ਬਾਬਾ ਖਿਦਰ ਸ਼ਾਹ ਸਾਹਿਬ ਕਰਬਲਾ ਦੇ ਢੇਰ ਸਾਰੇ ਜ਼ਾਹਿਰ ਬੈਠੇ ਨੇ, ਗਵਾਹੀ ਦੇ ਸਨ ਕਿ ਸਭ ਤੋਂ ਪਹਿਲਾਂ ਖੈਮਾ ਹਜ਼ਰਤ ਅਬਾਸ ਦਾ। ਇਹਦੀ ਗੱਲ ਬਾਬਾ ਜੀ, ਜੰਗ ਸ਼ੁਰੂ ਹੋਈ, ਫੌਜ ਮੁੱਕ ਗਈ, ਦੀਗਰ ਢਲ ਗਈ, ਬਾਗ ਤੇ ਲੋਟੀ ਪੈ ਗਈ। ਇਹ ਅਲਮਾਂ ਵਾਲਾ ਸਰਦਾਰ ਬਾਬਾ ਜੀ ਆਪਣੇ ਖੈਮਾ ਦੇ ਅੰਦਰ ਨਹੀਂ ਗਿਆ, ਮਜਬੂਰੀ ਕਿਹੜੀ ਅਸ, ਇਹ ਇੱਕ ਜਵਾਨ ਤਿਆਰ ਕਰੇ ਹਾਂ, ਉਹ ਜੰਗ ਕਰੇ ਹਾਂ, ਉਹ ਲਹਵੇ ਆ, ਹੁਸੈਨ ਚਾਵਣ ਮੰਨੇ ਹਾਂ, ਇਹ ਪਿੱਛੋਂ ਵੀ ਆ ਤਿਆਰ ਕਰੇ ਹਾਂ। ਹਾਂ ਨੁਕਸੀ ਬਾਬਾ ਜੀ, ਜਿਹੜੇ ਸ਼ੀਆ ਕੋ ਸਮਝ ਤੇ ਬੰਦਾ ਹੈ ਨਾ ਕੀਤਾ, ਮਾਤਮੀ ਨਾਲ ਮੇਰੀ ਗੱਲ ਹੈ ਬਾਬਾ ਜੀ, ਜਦੋਂ ਫੌਜ ਮੁੱਕ ਗਈ ਹੈ, ਆਪਣੇ ਆਪ ਕੋ ਆਦੇ ਪੱਤਤ ਕਰਨਾ, ਉਹ ਮਾਂ ਦੀ ਕਿਵੇਂ ਪਈ ਗੁਜ਼ਰਦੀ ਹੈ, ਜਿਹਦਾ 13 ਸਾਲ ਦਾ ਹਾਥ ਤੇ ਘੋੜੇ ਭੱਜ ਗਏ, ਜਿਹਦਾ 18 ਸਾਲ ਦਾ ਹਾਥ ਤੇ ਬੱਚੇ ਲੱਗ ਗਈ ਹੈ, ਜਿਹਦਾ 6 ਮਰਹਬਾ, ਜੇ ਕੋਈ ਸ਼ਰਮ ਆਵੇ ਬੰਦਾ ਨਾ ਰਵੇ ਯਾਰ, ਮਰਹਬਾ ਇਹ ਹੱਥ ਸਾਰਾ ਸਲਾਮਤ ਰਹਾਂ ਜਵਾਨੀ ਨਸੀਬ ਹੋ ਗਈ, ਜਿਹਦਾ 13 ਸਾਲ ਦਾ ਹਾਥ ਤੇ ਘੋੜੇ ਭੱਜ ਗਏ। ਹੁਣ ਬਾਬਾ ਜੀ ਕਦਮ ਚਾਇਸ ਪਹੁੰਚੇ ਖੈਮਾ ਦੇ ਅੰਦਰ, ਅਜੀਬ ਜਿਹਾ ਮੰਜ਼ਰ ਹੈ, ਫਜ਼ਲ ਦੀ ਮਾਂ ਆਏ ਬਾਬਾ ਜੀ, ਹਿੱਕ ਹੱਥ ਸਮਾਨ ਹੈ ਸਫ਼ਰ ਹੈ, ਬੇਹੱਥ ਨਾਲ ਹੀ ਕੁੰਗਲ ਨਾਲ ਲਈ ਖੜੀਏ, ਲਫ ਸਮਝੇ ਸੋ ਤਾਂ ਤੁਹਾਡੀ ਹੈ ਨਿਕਲ ਪਏ ਸੀ ਬਾਈ ਜਾਨ, ਇਹ ਪੁੱਤਰ ਫਜ਼ਲ ਦਾ ਮੂੰਹ ਚਮਕੇ ਆਦੀ, ਭਾਵੇਂ ਕਈ ਦੁਸ਼ਮਣ ਦੀ ਫੌਜ ਤੋਂ ਪੁੱਛਣਾ ਪਵੇ ਨਾ, ਪੁੱਛ ਨਜਫ ਦਾ ਰਾਹ, ਮੈਂ ਨਜਫ ਦੇ ਵਾਲੀ ਤੋਂ ਬਣ ਕੇ ਆਦੀ ਹਾਂ, ਤੇਰਾ ਗਾਜ਼ੀ ਜੀਂਦਾ ਹਾ, ਹੁਸੈਨ ਦੀ ਧੀ ਦੱਸੀ ਰਹੀ ਹੈ, ਅੱਲਾ ਇਹਨਾਂ ਹੱਥ ਤੱਕ ਸਲਾਮਤ ਰੱਖੇ, ਅੱਲਾ ਜਿਹੜੇ ਹੱਥ ਮਾਤਮ ਪੇ ਕਰੇ ਲੈਣਾ ਇਹਨਾਂ ਹੱਥ ਤੱਕ ਸਲਾਮਤ ਰੱਖੇ, ਤੇਰਾ ਗਾਜ਼ੀ ਜੀਂਦਾ ਹਾ, ਹੁਸੈਨ ਦੀ ਧੀ ਦੱਸੀ ਰਹੀ ਹੈ। ਅਲਮਾ ਵਾਲਾ ਸਰਦਾਰ ਅੰਦਰ ਆਇਆ, ਫਰਮਾਇਆ, ਅਬਾਸ ਜੇ ਜਰਨੈਲ ਦੀ ਬੀਵੀ ਹੋ ਕੇ ਫੌਜਾਂ ਦੇਖ ਕੇ ਘਬਰਾ ਗਈ ਹੈ, ਆਦੀ ਮੌਲਾ ਜਿਹੜਾ ਖੈਮਾ ਦੇ ਅੰਦਰ ਮੰਜ਼ਰ ਮੈਂ ਡਿੱਠੇ, ਤੁਸਾਂ ਦੇਖੋ ਆ ਮਰਨ ਤੋਂ ਪਹਿਲੇ ਮਰ ਗਏ ਹੋ, ਆ ਗਾਜ਼ੀਆ ਦੇ ਕਿਹੜਾ ਮੰਜ਼ਰ ਡਿੱਠਾ ਹੀ, ਮਿੱਟੀ 'ਤੇ ਜਣ ਕੇ ਆਦੀ ਅਬਾਸ, ਤੇਰੀ ਇੱਜ਼ਤ ਦੀ ਕਸਮ ਹੈ, ਹੁਸੈਨ ਦੀ 4 ਸਾਲ ਦੇ ਸਨ ਦੀ ਧੀ ਹੈ, ਹੱਥ 'ਚ ਖਾਲੀ ਜਾਵੇਂ, ਹਰ ਖੈਮੇ 'ਚ ਗਾਜ਼ੀ ਇੱਕ ਦਫ਼ਾ ਗਈਏ ਅਤੇ ਮਾਸ਼ਕੀ ਸਮਝ ਕੇ 9 ਦਫ਼ਾ ਆਈਏ, ਅਤੇ ਜਿਹੜੇ 9ਵੀਂ ਦਫ਼ਾ ਆਈਏ ਮੈਂ ਬਰਦਾਸ਼ਤ ਨਾ ਕਰ ਸਕੀ, ਮੈਂ ਕਿ ਕੋਈ ਐਸਾ ਤਰੀਕਾ ਅਪਣਾਵਾਂ ਜੋ ਹੁਸੈਨ ਦੀ ਧੀ ਮੇਰੇ 'ਤੇ ਸਵਾਲ ਨਾ ਕਰੇ। ਜਿਹੜਾ ਬੰਦਾ ਆਇਆ ਰੋਮਨ ਦੀ ਖਾਤਰ, ਅਜੇ ਗਾਜ਼ੀ ਮੈਂ ਆਂਦਰ ਇੱਠਾ ਹੈ, ਮੈਂ ਕੁਰਾਨ ਚਾਹ ਕੇ ਤਿਲਾਵਤ ਸ਼ੁਰੂ ਕਰਦੀ ਰਹੀ ਹਾਂ, ਗਾਜ਼ੀ ਉਹ ਖੜੀ ਰਹੀਏ, ਮੈਂ ਮੰਜ਼ਰ ਵਧੇਦੀ ਰਹੀ ਹਾਂ, ਉਹ ਖੜੀ ਰਹੀਏ, ਅਬਾਸ ਮੈਂ ਕੁਰਾਨ ਦੀ ਮੰਜ਼ਰ ਵਧੇਦੀ ਗਈ ਹਾਂ, ਹੁਸੈਨ ਦੀ ਧੀ ਖੜੀ ਰਹੀਏ, ਅਬਾਸ ਕਿਤਨਾ ਦੇਰ ਖੜਨਾ ਹਸ, ਰਾਤ ਦੀ ਜਾਗੀ ਹੋਈ ਹੈ, ਨਾਲੇ ਭਿਰਾਵਾਂ ਦੀ ਮੌਤ ਦੀ ਮੁੱਕੀ ਹੋਈ ਹੈ, ਥੋੜ੍ਹੀ ਦੇਰ ਖੜੀਏ, ਜਾਮ ਜ਼ਮੀਨ ਤੇ ਢਹਿ ਗਏ, ਆਸਮਾਨ ਦਮੋਂ ਕਰਕੇ ਦੇ ਮਲਿਆਲਾ, ਅਸਾਂ ਇਹਨੇ ਗਰੀਬ ਹੋ ਗਏ, ਸਾਡਾ ਸਵਾਲ ਹੀ ਹੁਣ ਕੋਈ ਨਹੀਂ ਸੁਣਦਾ, ਮੇਰਾ ਅੱਲਾ ਅਸਾਂ ਇਹਨੇ ਉਜੜ ਗਏ ਹੈ, ਹੁਣ ਸਾਰੀ ਗੱਲ ਕੋਈ ਨਹੀਂ ਸੁਣਦਾ, ਮੈਂ ਕਾਫੀ ਦੇਰ ਹੋ ਗਈ ਹੈ, ਮੈਂ ਖੜੀਆ ਹੋ ਮਰਹਬਾ। ਅੱਲਾ ਮਾਰੇ ਨੇ ਨਹੀਂ, ਸਾਰੇ ਸਾਰੇ ਲਲੋਲੀ ਦੀਆਂ ਧੀਆਂ ਦੀ ਗੁਰਬਤ ਹੈ ਕਰੋ, ਮੈਂ ਸਦਕੇ ਤੀਮਾ, ਗਾਜ਼ੀ ਮੇਰੇ ਤੋਂ ਬਰਦਾਸ਼ਤ ਨਹੀਂ ਆਉਂਦਾ, ਗਾਜ਼ੀ ਆਦੇ ਕਿ ਕਰਾਂ, ਮੈਂ ਜਦੋਂ ਵਹਿੰਦਾ ਬਸ ਮੇਰੇ ਕੰਨ ਚੱਕਰ ਰਹਿੰਦਾ ਹੈ, ਬੇਨ ਦੇ ਖੈਮਨ ਦੇ ਦੇ, 9 ਲੱਖ ਫੌਜ ਦੇ ਦੇ, ਮੇਰਾ ਚਿਹਰਾ ਦੇ ਦੇ, ਮੇਰੀ ਜ਼ਰੂਰਤ ਨਹੀਂ ਆਉਂਦੀ, ਮੈਂ ਆਖਾਂ ਮੌਲਾ ਮੈਨੂੰ ਮੈਦਾਨ ਤੋਰ। ਇਹ ਗੱਲਾਂ ਵੀ ਆਉਂਦੀਆਂ ਨੇ ਬਾਬਾ ਜੀ, ਜਾਂ ਹੁਸੈਨ ਦੀ ਧੀ ਕੋ ਕਿਸੇ ਯਤੀਮ ਨੇ ਇਤਲਾਹ ਦਿੱਤੀ ਹੈ, ਸਰਦਾਰ ਦੀ ਧੀ ਤੇਰਾ ਚਾਚਾ ਖੈਮਨ ਦੇ ਅੰਦਰ ਪਹੁੰਚ ਗਏ ਬਾਬਾ ਜੀ, ਬਸ ਉਵੇਂ ਪਿੱਛੋਂ ਸਿਲਸਿਲਾ ਯਤੀਮਾਂ ਦੀ ਕਤਾਰ। ਇਹ ਲਫ਼ ਸਮਝ ਆਇਆ, ਬਤੂਲ ਗਵਾਇਆ, ਅੱਗਾਂ ਪੜ੍ਹਨ ਦੀ ਜ਼ਰੂਰਤ ਨਾ ਰਾਸੀ, ਜਿਹੜੇ ਬੰਦੇ ਦੇ ਜ਼ਹਿਨ 'ਚ ਹੁਸੈਨ ਦੀ ਧੀ ਦੀ ਗੁਰਬਤ ਮੌਜੂਦ ਹੈ ਨਾ ਜੀ, ਉਸ ਬੰਦੇ ਦੀ ਹੈ ਨਿਕਲਵੇ ਸੀ, ਦਿਖਾਏ ਮੇਰੇ ਪਾਸੇ ਚਾਚੇ ਦੇ ਸਾਹਮਣੇ ਸੈਯਦਜ਼ਾਦਾ ਆ ਖੜੀਏ, ਇਸ ਤਰੀਕੇ ਨਾਲ ਮੇਰੀ ਸੈਨ ਚਾਚੇ ਦੀ ਅੱਖ 'ਚ ਪਾ ਕੇ ਆਦੀ, ਚਾਚਾ ਤੇਰੀ ਜ਼ਿੰਦਗੀ 'ਚ ਸਭ ਪਾਣੀ ਨਹੀਂ ਮਿਲਣਾ, ਚਾਚਾ ਤੂੰ ਹੀ ਜੀਂਦਾ ਹੋਵੇ ਮੈਂ ਦੱਸੀ ਰਹਾਂ, ਚਾਚਾ ਤੇਰੀ ਜ਼ਿੰਦਗੀ 'ਚ ਸਭ ਪਾਣੀ ਨਹੀਂ ਮਿਲਣਾ, ਸਰਦਾਰ ਦੀ ਧੀ ਮੈਂ ਮਜਬੂਰ ਹਾਂ, ਤੇਰਾ ਬਾਬਾ ਮੈਨੂੰ ਇਜਾਜ਼ਤ ਨਹੀਂ ਦਿੰਦਾ, ਹਾਂ ਅਗਰ ਮਸ਼ਕ ਤੂੰ ਪਵਾਵੇਂ, ਅਲਮ ਤੂੰ ਨਪਾਵੇਂ,
تیرا بابا میدان ٹور رہے سی، چاچا مشک میں پواں، ہاں سردار دی دھی تو پوا، وکھرے خیمے چاہی بابا جی، آپ کے مشک آپ چایا، علم نہ پایا فضل کو، آ کھڑیے چاچے دے سامنے، چاچا میرا قد چھوٹا تھوڑا قد دراز، میں مشک کی میں پواں غازیا دے مشک دے تسمے اونچے کر، ماں جھولیے چ جھکڑ دے ول بڑے سکھائے ہے، ادب دی دھرتی ہے تسا ہے نہ کرے سے تو ہور کون کرے سی، اتنا جھکا ڈوہائی ہاتھ حسین دی دھی دے قدماں تے لگے، ہاتھ چوم کے آدھی تائیں کیتا ہے قدر، میں کرے دیا دعا جیڑے ہاتھ میرے قدماں نال ماس ہوئے ان قیامت تک ہاتھ والا نراسی، مشک پوے نہیں پی آئی، یا مظلوم کربلا دا بابا جی اچانک خیمے دے اندر قدم آیا، ایویں دھی دے ہتھ ہتھ رکھا، فرمایا معصوما کیا پائی کریں گے، بابا میرا بھیرا پیاس تو مردہ پہ تیرے دی منت پہ کرے نیا، حسینہ دے بھیرا ہر کہیں کو پیارے ہونا، ہاں بابا ہر کہیں کو پیارے ہونا، شبیرہ دے چھ مہینے دا ہوئے یا 32 سال دا، بابا جڑے 32 سال دے ہوں دن، کڑیا جوان ہوں دن، بھینہ دے مان ہوں دن، بڑے پیارے ہوں دن، شبیر سر جم کے فرمین دن، بیٹا والا سوچ کے ٹورے متا اپڑے نہ بچے، تیری سمجھ تو صدقے، تیری سمجھ تو صدقے، متا تیرا ہی نہ بچے میرا ہی مرابا میں، غازیہ دے مولا ہڑ ماد خالی ولن دواستہ ہی، میں کو روکے نہ میں کو میدان ٹور چھوڑ، حسین ہے دیتے کو کہ میں ٹورنا ہے کہیں ٹورنا ہے، اوہ جڑی تیرے آسرے تے ٹور کی آئی بیٹھی ہے، خلیدی دھی جانے تے تو جان، بھائی جان غازی بہ گیا روندہ بیٹھا ہی، کم دا ہویا ہاتھ غازی دے بازو تے آیا، مڑ کے رٹھا زوجہ کھڑی روندی ہے، آدھی جتے کو علی دی دھی دے منے اجازت، بابا خیزر شاہ بطول دی عزت دی قسم ہے، اگر میں لفظ سمجھا گی دینا، یہ پہاڑ ہے مصائب دا، خدا گوائے میں جتا پڑے ماتمی سوکھا برداشت کر ہی نہیں سکدے، زوجہ آدھی اگر علی دی دھی تے کو اجازت رہنے وقت اجازت تے کو میں گھن لینی ہے، غازی آدھے وہ کائنات دا امام ہے، میری موت دی اجازت گھننی ہے، تو میں نوکر دی بیوی، ایڈا وڈا دعویٰ کیتا ہی میں علی دیاں دھیاں دا مانا، تائیں میری اجازت علی دی دھی کو لکی میں گننا ہے، او ساکھے گھبرانا میں جان دیاں او لجبال دی دھیئے، میں کو خالی نہ ملے سی، غازی آدھے کیسا مانا تے کو، آدھی عباس تے کو زمانہ یاد ری ماما، جڈا میری ڈولی تیرے گھارے چاہیے ہی، تے عباس تے دیاں ساریاں بہنہ میرے کول آیاں، تے ساریاں تے دیاں بہنہ میرا موں ڈٹھا، تے جڈا آلیا آئی ہی نا، تے میرا موں ڈے کیا کیا سمانگا موں ڈی کھاوی ہے جو میں تے کو کیا دے ماں، میں قدمہ تے ہتھ رکھ گیا کیا سردار دی دھی جڈا وقت آسی میں موں ڈی کھاوی مانگ، انسان آدھی یہ مٹی دے بہتے رونا مٹی چھوڑ، آج میرے منگن دا ٹائم آگئے، آدھی یہ میرے نال چال آج موں ڈی کھاوی ہے جو منگ دیا علی دی دھی کولو تے غازی دی ماں، او میں کو خالی نہ ولے سے نمون نکھاوی ہے جب منگ دیا عباس تیری موت، تجھے کو سمجھے یہ بندہ ہے کی دے، مرحبا مرحبا بسم اللہ سید آدھا، ایک دفعہ ذہن بات دوبارہ کربلا لا جاؤ، میں بین کر رہا ہوں رمان والے عزدار ہوں، پچھو یتیمہ نی قدار، اگو حسین دی دھی، پچھو بابا علمہ والا سردار، پچھو زوجہ سجے پوتر کھبے دھی، او بسم اللہ انتظار کھڑو تائم، مالک زندگی دراز کرے بھائی زین دی، مولا دے بہن اچھے سونے عزدار زاکر مولا دے زندگی دراز ہوئے، بس میں ہون وین دے قریب آما، بابا جی علی دی دھی دے خیمہ دے کولے، سارا کافلہ خیمہ دے اندر، غازی خیمہ دے دروازے تے، رکو دی حالت، ادب دی دھرتی، ادب سید سامنے بیٹھی ہو میرے سامنے، میں ادب نال پڑھن دا دیاں، بابا جی رکو دی حالت، اکھا بند زبان دو تے قرآن جاری، علی دی دھی نے اعلان کیتا، اما فضا ہر خیمے جی تلا دے، جائیں جائیں آلیا دا اجڑ نہ دیکھنے، میرے خیمے آبوں اج میں اجڑ دی پہیاں، ساریاں بی بی ارد گرد حالہ بنایا، بی بی بھیرا دی ڈہڑی تلے ہتھ رے کیا دے، دیکھ میں کہوں نا، غازی آدھے تیرا چیرہ لیکن حسن دے حسین، میں تا تیرا نوکہ رہا ہوں،
ਬੀਬੀ ਨੇ ਸਾਰੀਆਂ ਬੀਬੀਆਂ ਦਾ ਚਿਹਰਾ ਜਿਹੜਾ ਫਰਮਾਇਆ, ਹੁਕਮ ਬਰੇ ਦੀਆਂ ਸਰਾਂ ਤੋਂ ਚਾਦਰਾਂ ਲਹਾਓ। ਉਹ ਮਲਦਾਨ ਵਾਲਿਓ, ਜਦੋਂ ਬੀਬੀ ਨੇ ਹੁਕਮ ਦਿੱਤਾ ਹੈ, ਸਾਰੀਆਂ ਬੀਬੀਆਂ ਨੇ ਸਰਾਂ ਤੋਂ ਚਾਦਰਾਂ ਲਹਾਇਆ। ਬੀਬੀ ਭਰਾ ਦੀ ਦਹਾੜੀ ਤਲੇ ਹੱਥ ਲੈ ਕੇ ਆਦੀ, ਅਬਾਸ ਇਨ੍ਹਾਂ ਆਪ ਲਹਾਇਆ, ਮੇਰੀ ਚਾਦਰ ਤੂੰ ਲਹਾ, ਮੈਦਾਨ ਜਾਣੇ ਤੂੰ ਜਾਣ, ਸ਼ਾਮ ਜਾਣੇ ਮੈਂ ਆ ਲਿਆ। ਲਮਾਨ ਲਮਾਨ ਲਮਾਨ, ਮੈਦਾਨ ਜਾਣੇ ਤੂੰ ਜਾਣ, ਮਿਲੀ ਇਜਾਜ਼ਤ, ਪੂਰਾ ਪੂਰਾ ਫੌਜੀ ਬਣਾ ਬਾਬਾ ਜੀ, ਘੋੜੇ ਤੇ ਚੜਾ। ਅਸਲ ਨਵੀਂ ਘੋੜੇ ਦੀ ਗਰਦਨ ਚ ਬਾਂਹ ਪਾਤੀ ਪਈ ਜਾ। ਅਲੀ ਦੀ ਧੀ ਦਾ ਖੈਮਾ ਜਦ ਨੇੜੇ ਆਇਆ ਨਾ, ਗਾਜ਼ੀ ਨੇ ਭਾਈਜਨ ਆਪਣਾ ਅਮਾਮਾ ਲਹਾ ਕੇ ਘੋੜੇ ਦੇ ਅੱਖਾਂ 'ਤੇ ਪੱਟੀ ਬੰਨ ਛੋੜੀ, ਘੋੜੇ ਦੇ ਉੱਤੇ ਚੜਨਾ। ਬੀਬੀ ਫਰਮਾਇਆ, ਬਾਸ ਘੋੜੇ ਕੋ ਆ ਕੇ ਤਾਈ ਚੱਕਰ ਲਾਵੇ, ਮੈਂ ਦੇਖਾਂ ਮੇਰਾ ਵੀਰਾ ਸੋਹਣਾ ਕਿਹੜਾ ਲੱਗਦਾ ਹੈ। ਬਾਬਾ ਜੀ ਚੌਥਾ ਚੱਕਰ ਘੋੜੇ ਲਾਇਆ, ਹੁਸੈਨ ਦੀ ਧੀ ਅਗਾ ਝਣੀ, ਚਾਚਾ ਮਿੰਨਤ ਲਾ ਜਾਂ ਮੈਦਾਨ ਤੁਰਵਨ ਜਾਂ ਘੋੜੇ ਤੋਂ ਲਾਇਆ। ਕਿਉਂ ਸਰਦਾਰ ਦੀ ਧੀ, ਚਾਚਾ ਤੇਰੇ ਘੋੜੇ ਪਹਿਲਾ ਚੱਕਰ ਲਏ, ਮੇਰਾ ਗਰੀਬ ਬਾਬਾ ਨੌ ਦਫ਼ਾ ਮਿੱਟੀ ਦੇ ਮੂੰਹ ਦੇ ਬਾਹਰ ਜਾਣਾ ਹੈ, ਕਮਰ 'ਤੇ ਹੱਥ ਰੱਖਿਆ ਕਿ ਲੋਕ ਮੈਂ ਉੱਜੜ ਗਿਆ, ਮੇਰਾ ਗਾਜ਼ੀ ਮੈਨੂੰ ਛੋੜੀ ਵੈਂਦਾ ਹੈ। ਸਤਵੀਂ ਕਨਾਤ ਬਾਹਰ ਅਬੂਰ ਕੀਤੀ, ਖਤਮ ਬਹਿਣ ਦੇ ਕਰੀਬ ਆ ਗਿਆ। ਬਾਬਾ ਜੀ ਡਿੱਠੇ ਮਜ਼ਲੂਮ ਕਰਬਲਾ, ਮੂੰਹ ਦੇ ਬਾਹਰ ਜਣੇ ਹੋਏ, ਲਾਹਣ ਲੱਗੇ ਸਹਾਰਾ ਡੇਵਾਂ। ਫਰਮਾਇਆ, ਲਾਹਵੇਂ ਨਾ, ਇੱਥੇ ਹੀ ਬੈਠਾ ਰਹੇ, ਪੁੱਛ ਸਕਦਾ ਕਿਨ ਪਿਆ ਵੈਂਦਾ ਹੈ। ਅਜੇ ਮੌਲਾ ਤੇਰੀ ਧੀ ਆਖੇ ਪਾਣੀ ਗਿਰਨਾ, ਹੁਸੈਨ ਦੇ ਪਤਾ ਨਹੀਂ ਜੋ 10,000 ਫੌਜ ਦਾ ਦਸਤਾ ਪਾਰਾ ਪਿਆ ਰਹਿੰਦੇ, ਗਾਜ਼ੀ ਦੀਆਂ ਅੱਖਾਂ ਸੁਰਖ ਹਨ। ਅਜੇ ਮੌਲਾ ਤੇਰੀ ਧੀ ਦੇਵੇ ਹੁਕਮ, ਚਾਚਾ ਪਾਣੀ ਗਿਰਨਾ, ਭਾਵੇਂ ਸੂਰਜ ਦੀਆਂ ਕਿਰਨ 'ਚ ਕਿਉਂ ਨਾ ਹੋਵੇ, ਨਿਚੋੜ ਕੇ ਨਾ ਲੈ ਆਵਾਂ ਤਾਂ ਮੈਂ ਗਾਜ਼ੀ ਕਿਉਂ ਆ। ਵਿਹਰਾ ਦਾ ਜੋਸ਼ ਡਿੱਠਸ, ਨੌਂ ਲੱਖ ਫੌਜ ਦਾ ਡਿੱਠਸ, ਭੇਣ ਦਾ ਖੈਮਾ ਡਿੱਠਸ, ਆਪਣੇ ਆਪ ਕੋ ਆਦੇ ਅਗਰ ਇੰਝ ਲਗਾ ਗਿਆ ਇਹ 9 ਲੱਖ ਫੌਜ ਤੋਂ ਲਾਂਦਾ ਨਹੀਂ, ਇਹ ਨਾ ਲੱਥਾ ਮੈਂ ਸਜਦਾ ਕਿਵੇਂ ਦੇਸਾਂ, ਉਹ ਸ਼ਾਮ ਕਿਵੇਂ ਦੇਸੀ। ਆਪਣੇ ਆਪ ਕੋ ਆਦੇ ਕੋਈ ਐਸਾ ਤਰੀਕਾ ਅਪਣਾ ਜੋ ਮੇਰਾ ਸਜਦਾ ਬਚ ਜਾਏ, ਉਹ ਸ਼ਾਮ ਲੱਗੀ ਜਾਏ। ਹੁਸੈਨ ਦੇ ਹੱਥ 'ਚ ਕਿਆ ਚਾਹੀਏ, ਆਦੇ ਮੌਲਾ ਤਲਵਾਰ ਫਰਮੈਨ ਜੰਗ ਕਰਨੀ ਹੈ, ਤੇ ਆਦੇ ਮੌਲਾ ਇਨ੍ਹਾਂ ਮੇਰਾ ਅਕਬਰ ਨਹੀਂ ਮਾਰਾ, ਅਮੀਰ ਬਣ ਕੇ ਨਾ ਆਇਆ, ਮੈਂ ਬਸ ਬਹਿਣ ਦੇ ਖਰੀਬ ਆ ਗਿਆ। ਮੌਲਾ ਇਹਨਾਂ ਮੇਰਾ ਅਕਬਰ ਨਹੀਂ ਮਾਰਾ। ਫਰਮਾਇਆ, ਉਹ ਮੈਦਾਨ ਹੈ, ਜ਼ਮਾਨੇ ਕੋਲ ਸਾਹਮਣੇ ਅਲੀ ਦਾ ਪੁੱਤਰਾ, ਮੇਰੇ ਰੱਗੇ ਚਲੀ ਦਾ ਖੂਨ ਹੈ, ਮੈਂ ਹੈਦਰ ਕਰਾਰ ਦਾ ਪੁੱਤਰਾ, ਮਗਰ ਯਾਦ ਰੱਖੇ ਜੰਗ 'ਚ ਜਿਤਨਾ ਬੰਦੇ ਤੈ ਮਾਰਨੇ, ਬਦਲੇ ਸ਼ਾਮ 'ਚ ਮੇਰਾ ਬਹਿਣਾ ਦੇ ਸਿਰ। ਸੈਯਦਜ਼ਾਦਾ ਤੇਰੀ ਜਦ ਦੀ ਕਸਮ ਜਾ ਕੇ ਵੀ ਆਦਾ, ਜ਼ਮੀਨ ਦੇ ਉੱਤੇ ਤਲਵਾਰ ਸੱਟ ਕੇ ਆਦੇ, ਕਟੀਜ ਨਾ ਮੰਜਣ ਉਹ ਹੱਥ ਜਿਹਦੇ ਬਦਲੇ ਅਲੀ ਦੀਆਂ ਧੀਆਂ ਦੇ। ਮੈਦਾਨ ਆਇਆ, ਹੁਕਮ ਦਿੱਤੇ ਵੇ ਉਸਤਾਦ ਅਲ ਇੱਕ ਵੈਣ ਚੱਪੜ ਦਾ ਬਾਬਾ ਜੀ, ਉਸ ਤੋਂ ਬਾਅਦ ਮੈਂਬਰ ਭਾਈ ਦੇ ਹਵਾਲੇ ਕਰਾਂ। ਰੋਮਣ ਵਾਲੇ ਅਜ਼ਾਦਾਰ, ਮੈਦਾਨ ਆਇਆ, ਮਸ਼ਕ ਪਾਣੀ ਦੀ ਭਰੀ। ਫਰਮਾਇਆ, ਮੁਸਲਮਾਨੋ, ਜਿਤਨਾ ਦਿਲ ਮੇਰੇ 'ਤੇ ਹਮਲਾ ਕਰੋ, ਵਾਅਦਾ ਕਰੋ ਅਲੀ ਦੀਆਂ ਧੀਆਂ ਦੇ ਖੈਮੇ ਦੇ ਕਰੀਬ ਨਵੇਸੋ। ਉੱਚੇ ਟਿੱਬੇ 'ਤੇ ਸ਼ਬੀਰ ਸੈਯਦਜ਼ਾਦਾ ਨਾਲ ਧੀ, ਇਹਨੂੰ ਗਾਜ਼ੀ ਦਾ ਸੱਜਾ ਬਾਜ਼ੂ ਕਲਮ ਹੋਏ। ਧੀ ਆਖੇ, ਬਾਬਾ ਮੈਨੂੰ ਚਾਚਾ ਦਿਖੇਨਾ ਹੈ। ਹੁਸੈਨ ਧੀ ਕੋ ਹੱਥਾਂ 'ਤੇ ਬੁਲੰਦ ਕੀਤਾ ਹੈ, ਹਾਲਤ ਕਿਹੜੀ ਹੈ, ਗਾਜ਼ੀ ਦੀ ਅੱਖ 'ਚ ਧੀਰ ਆ। ਰੋਣ ਵਾਲੇ ਅਜ਼ਾਦਾਰ, ਖੁਦਾ ਗਵਾਏ ਗਾਜ਼ੀ ਦਾ ਖਬਾ ਬਾਜ਼ੂ ਕਲਮ ਹੋਇਆ। ਸੈਯਦਾ ਦੇ ਜਾ ਅਸਗਰ ਦਾ ਸਦਕਾ, ਸੈਯਦਾ ਦੇ ਜਾ ਸਕੀਨਾ ਦਾ ਸਦਕਾ, ਤੇਰੀ ਹੈ ਨਿਕਲੇ ਭਾਈ ਜਾਨ ਇੱਕ ਹਰਾਮੀ ਤੇਲ ਮਾਰਾ ਹੈ। ਸੈਯਦਾ ਦਾ ਜਿਹੜਾ ਮੱਛਾਂ ਗਿੰਦ ਲੱਗਾ ਹੈ, ਸੂਰਜ ਮੇ ਆਣੇ ਵਾਲੇ ਆ ਪਾਣੀ ਨਾ ਲੈਣਾ, ਜਵਾਨੀ ਲੜ ਗਈ ਹੈ, ਹੱਕਲ ਮਾਰ ਕੇ ਆਦੇ ਮਾਲਾ ਮੇਰੀ ਲਾਜ ਜਲਦੀਆ। ਹੁਸੈਨ ਦਾ ਕਮਰ ਦੇ ਹੱਥ ਆਇਆ ਹੈ, ਉੱਚਾ ਬੈਣ ਕਰਕੇ ਆਦੇ, ਮੈਂ ਤੂੰ ਦੂਰ ਨਾ ਵਾਂਗਾ ਨਿਵੇਂ ਡੋਰ ਸਕਦਾ, ਤਰੁੱਟ ਕਮਾਰ ਕਰੇ ਬੈਦ ਗਏ ਸੈਯਦਾ ਦੇ, ਮੈਂ ਜਿੰਦਾ ਨਹੀਂ ਮੇਰਾ ਜਨਵੀਰਣ ਵਾ, ਮੇਰੀ ਲਾਸ਼ ਸਜੇ। ਅਲਮਾਨ ਅਲਮਾਨ, ਜਿਹੜੇ ਬਹਿਣ ਦਾ ਹੁਕਮ ਮਿਲਿਆ ਭਾਈ ਜਾਨ,
رومن والے آزادار میرے امام دی کوہان نہ لایا میری سینا دیا بابا ہاتھی تھائی ڈھل میں چاچے گسرے دیا میری سین سی آزاد ہے کت نال چادر لہائیے بھی ہت بابے دی گردن پایا ہے اشارہ کر کے رو را کے آ دیا ایک وارے خیمے آ چاچا سڈا کوئی نہیں تین سوا چاچا پانی نہیں ملیا تا جانے اسا منیے رب دے رضا اللہ ماں جے کوئی شرم آوے بندہ نہ روے سیادہ آئے سوین کی تائے جو کربلا دی دھرتی ہلن لگ گئی ہے اچھا بین کر کے آدھے چاچا جیندے شرم دسو رد نہیں چڑھیا وہ کھڑی ہے باجر دا آدھے ہوتا ہے گھور بین کر دینا سید آدھا میری سین دو جائے سوین کی تیج حسین دیا تلیا زمین دل گیا ہے اچھا بین کر کے آدھے چاچا میرے پیو کو لوگ مرے دین اے ظلم تو آن بچا امیر بن کے نہیں رمن والے عزدار آخری بین سید آدھا ایسا کی تیج حسین رجل نے اچھا بیل کر کے آدھے چاچا میں ونجن شامت نہیں ولنا ایک بارے گال نال لا چاچا ماشاءاللہ ماشاءاللہ